इन्होंने केड़ियां केड़ियां टॉटगिरियां कीतियां ते केड़े केड़े बंदे गद्दार सीगे ना, पांच सत बंदे मैं सारे कढ़ के रखने आ। जे उस तो पहला मैं मर गया तो वो कोई गरंटी नहीं हैगी, पर मैं इन्हों बाणी पाऊंगा। पहला संगत नूं दसांगे, फिर सौदे भी लगणगे। ਕਿਹੜੇ ਬੰਦੇ ਨੇ? ਨਹੀਂ ਮੈਂ ਹੁਣ ਇਦਾਂ ਗੱਲ ਕਰੂੰਗਾ ਕਿਉਂਕਿ ਆਪਾਂ ਮੋਰਚੇ ਦੇ ਉੱਤੇ ਆਗੇ ਨਾ, ਹੋਰੇ ਭੰਬਲਾ ਭੂਸਾ ਛੇੜ ਕੇ ਬਹਿ ਗਿਆ। ਇਹ ਗੱਲ ਕਰਾਂਗੇ, ਥੋੜਾ ਜਿਹਾ ਟਾਈਮ ਕੱਢੋ ਤੇ ਵਿਦ ਪ੍ਰੂਫ ਰੱਖਾਂਗੇ। ਇਹ ਕੋਈ ਗੱਪ ਨਹੀਂ ਮਾਰ ਰਿਹਾ, ਕੋਈ ਇਨਵੈਸਟੀਗੇਸ਼ਨ ਨਹੀਂ ਹੋਣੀ ਹੈਗੀ। ਜਿਹੜੀਆਂ ਗੱਲਾਂ ਲੋਕ ਕਹਿੰਦੇ ਆ ਨਾ, ਉਹ ਆਪ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਕਿਹੜੀ ਇਨਵੈਸਟੀਗੇਸ਼ਨ ਕਾਹਦੀ ਇੱਥੇ? ਕਾਹਦੀ ਇਨਵੈਸਟੀਗੇਸ਼ਨ? ਸ਼ਰੇਆਮ JCP ਦਾ ਪਿੱਛੋਂ ਸਕਾਰਪੀਓ ਗੱਡੀ ਨੂੰ ਬੌਕਟ ਪਾ ਕੇ ਉਹਦੇ ਵਿੱਚ ਮਾਰਿਆ ਗਿਆ ਟਰੱਕ ਦੇ, ਹੈ ਤੇ ਇਹ ਸਰਕਾਰ ਲੋਕਾਂ ਨੂੰ ਪਾਗਲ ਬਣਾ ਰਹੀ ਹੈ ਵੀ ਐਕਸੀਡੈਂਟ ਹੋਇਆ, ਜਿਹੜੇ ਉਹ ਟਾਇਰ ਟਰੱਕ ਦੇ ਘਸੀਟੇ ਦਿਖਾਏ ਆ, ਉਹ JCP ਨਾਲ ਘਸੀਟ ਕੇ ਟਰੱਕ ਦੀਆਂ ਬ੍ਰੇਕਾਂ ਲਾ ਕੇ ਉਹ ਕਰਿਆ ਗਿਆ ਆ। ਪਾਣੀ ਕਿਉਂ ਛਿੜਕਿਆ ਗਿਆ ਆ ਉੱਥੇ ਬਾਈ ਦਾ? ਉੱਥੇ ਬਲੱਡ ਸਾਰਾ ਉੱਥੇ ਜਿੱਥੇ ਮਾਰਿਆ ਤੜਫਾ ਕੇ ਸ਼ਹੀਦ ਕੀਤਾ, ਸਾਰਾ ਕੁਛ ਹੈ ਤੇ ਰੱਖ ਦਾਂਗੇ ਮੂਰੇ, ਬਸ ਥੋੜ੍ਹਾ ਟਾਈਮ ਹੋਰ ਚਾਹੀਦਾ ਆ। ਤੁਸੀਂ ਹਾਂਜੀ ਤੁਸੀਂ ਕਿਹਾ ਕਿ ਸਾਹਮਣੇ ਰੱਖਾਂਗੇ, ਵੱਡੀ ਗੱਲ ਕਹੀ ਆ ਤੁਸੀਂ ਨੇ ਕਿ ਸਾਹਮਣੇ ਰੱਖ ਦਾਂਗੇ ਕਿ ਜਿਨ੍ਹਾਂ ਨੇ ਟੌਟਗਿਰੀਆਂ ਕੀਤੀਆਂ ਨੇ ਦੀਪ ਬਾਈ ਦੇ ਨਾਲ ਰਹਿਣ ਵਾਲੇ ਬੰਦੇ ਸੀਗੇ। ਨਹੀਂ ਮੈਂ ਹੁਣ ਕੁਛ ਵੀ ਨਹੀਂ ਕਹਿਣਾ ਇਸ ਗੱਲ ਦੇ ਉੱਤੇ, ਨੋ ਕਮੈਂਟ। ਸੰਤਾਂ ਦੇ ਨਾਲ ਰਹਿ ਕੇ ਰਸਗੁੱਲੇ ਬਰਫੀਆਂ ਖਾ ਕੇ ਗਦਾਰੀਆਂ ਕੀਤੀਆਂ ਸੀ ਨਾ ਲੀਡਰਾਂ ਨੇ, ਅੱਜ ਵੀ ਤੁਰੇ ਹੀ ਫਿਰਦੇ ਆ ਬਾਦਲਕਿਆਂ ਵਰਗੇ, ਜਿਹੜੇ ਬਾਹਾਂ ਖੜੀਆਂ ਕਰਕੇ ਬਾਹਰ ਆ ਗਏ ਸੀਗੇ। ਬਸ ਇਦਾਂ ਦੇ ਬੰਦੇ ਹੁੰਦੇ ਹੀ ਆ ਯੋਧਿਆਂ ਦੇ ਨਾਲ ਵਿੱਚੋਂ, ਬਸ ਕੱਢ ਕੇ ਜਿਵੇਂ ਮੱਖਣ 'ਚੋਂ ਵਾਲ ਕੱਢੀ ਤਾਂ ਐਂ ਕੱਢ ਕੇ ਰੱਖ ਦਾਂਗੇ, ਫਿਰ ਆਪ ਹੀ ਜੋ ਜਿਹੜਾ ਹਸ਼ਰ ਕਰਨਾ ਉਹਨਾਂ ਦਾ ਕਰ ਦਾਂਗੇ, ਜਾਂ ਜਿਹਨੇ ਕਰਨਾ ਕਰ ਦੇਵੇ। ਪਰ ਇਹ ਆਪਣੇ ਸਿਰ ਦੇ ਉੱਤੇ ਬੋਝ ਲੈ ਕੇ ਨਹੀਂ ਮਰਨਾ, ਇਕੱਲੀਆਂ ਦੀਪ ਦੇ ਨਾਲ ਫੋਟੋਆਂ ਖਿਚਾ ਕੇ ਜਾਂ ਟੈਟੂ ਬਣਾ ਕੇ ਵੀ ਆਪਣੇ ਆਪ ਨੂੰ ਉਹ ਕਰਨਾ, ਨਹੀਂ। ਇੱਕ ਦਿਨ ਉਹ ਬਾਈ ਦਾ ਉਹ ਵੀ ਗੱਲ ਕਰਨੀ ਆ, ਉਹਦੀ ਵੀ ਇਹਦੀ ਕੋਈ ਨਹੀਂ ਗੱਲ ਕਰਦਾ ਇਨਸਾਫ ਦੀ। ਤੁਸੀਂ ਵੱਡੀਆਂ ਗੱਲਾਂ ਦੀਪ ਬਾਈ ਤੇ, ਮੈਂ ਮਾਫੀ ਚਾਹੁੰਦਾ, ਮੈਂ ਬਾਰ ਬਾਰ ਦੀਪ ਬਾਈ ਤੇ ਆ ਰਿਹਾ ਕਿਉਂਕਿ ਸਵਾਲ ਵੱਡੇ ਖੜੇ ਕਰ ਰਹੇ ਹੋ, ਵੱਡੀਆਂ ਗੱਲਾਂ ਤੁਸੀਂ ਕਰ ਰਹੇ ਹੋ, ਵੱਡੇ ਸਵਾਲ ਕਰ ਰਹੇ ਹੋ। ਜੇਕਰ ਕੱਲ ਨੂੰ ਵਰਿੰਦਰ ਬਾਜਵੇ ਦੀ ਜਾਨ ਨੂੰ ਕੋਈ ਖਤਰਾ ਹੋ ਜਾਂਦਾ, ਕੁਝ ਆ ਜਾਂਦੀ ਆ, ਜੇ ਕਿਸੇ ਨੇ ਗਦਾਰੀ ਕੀਤੀ ਆ, ਜੇਕਰ ਉਹਦੀ ਨਿਗਾਹ ਦੇ ਵਿੱਚ ਵਰਿੰਦਰ ਬਾਜਵਾ ਆ ਜਾਂਦਾ, ਹੈਗਾ ਹੀ ਆ, ਫਿਰ ਕੀ ਹੋ ਜਾਊਗਾ? ਮਰਨਾ ਤਾਂ ਹੈਗਾ ਹੀ ਇੱਕ ਦਿਨ। ਜਿਹੜੇ ਰਜਾਈਆਂ 'ਚ ਬਹਿ ਕੇ ਕਮੈਂਟ ਕਰਦੇ ਆ ਉਹਨਾਂ ਨਾਲੋਂ ਚੰਗਾ ਤਾਂ ਐਂ ਤੁਰਦੇ ਫਿਰਦੇ ਮਰ ਜਾਏ ਤਾਂ ਫਿਰ ਕੀ ਹੋ ਜਾਊਗਾ? ਮੌਤ ਤਾਂ ਇੱਕ ਦਿਨ ਆਉਣੀ ਹੈ। ਜਦੋਂ ਬਾਈ ਨੂੰ ਅਸੀਂ ਕਹਿੰਦੇ ਹੁੰਦੇ ਸੀ ਬਾਈ ਕੱਲਾ ਨਾ ਘੁੰਮਿਆ ਕਰ, ਤੇ ਬਾਈ ਇੱਕੋ ਹੀ ਗੱਲ ਕਹਿੰਦਾ ਹੁੰਦਾ ਸੀ ਵਾਰ ਵਾਰ, ਕਹਿੰਦਾ ਯਾਰ ਬਾਜਵਾ ਤੁਸੀਂ ਸੰਘਰਸ਼ ਲੜਦੇ ਹੋ, ਸੰਘਰਸ਼ ਹੈ ਜਿਹੜੇ ਮੌਤ ਦਾ ਡਰ ਚੱਕ ਕੇ ਲੜਨੇ ਪੈਂਦੇ ਆ, ਉਸ ਤੋਂ ਬਿਨਾਂ ਸੰਘਰਸ਼ ਨਹੀਂ ਲੜੇ ਜਾਂਦੇ। ਬਾਈ ਆਖਰੀ ਸਵਾਲ ਮੈਂ ਕਰੂੰਗਾ, ਉਹਨਾਂ ਲੋਕਾਂ ਨੂੰ ਕੀ ਸੰਦੇਸ਼ ਆ, ਤੁਸੀਂ ਸੋਸ਼ਲ ਮੀਡੀਆ ਦੇ ਵੀ ਕਾਫੀ ਐਕਟਿਵ ਰਹਿੰਦੇ ਹੋ, ਉਹਨਾਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੇ ਜਾਂ ਤਾਂ ਮੋਰਚੇ ਦੀ ਵਿਰੋਧਤਾ ਕਰਦੇ ਨੇ ਜਾਂ ਜਿਹੜੇ ਸਮਰਥਨ ਕਰਦੇ ਨੇ ਪਰ ਮੋਰਚੇ ਦੇ ਵਿੱਚ ਹਾਲੇ ਤੱਕ ਹਾਜ਼ਰੀ ਨਹੀਂ ਭਰੀ? ਜਿਹੜੇ ਵਿਰੋਧਤਾ ਕਰਦੇ ਨੇ ਉਹ ਕਰੀ ਜਾਣ, ਉਹਨਾਂ ਦੀ ਇਹ ਜੌਬ ਆ, ਇੱਕ ਕੰਮ ਚੰਗਾ ਹੁੰਦਾ ਇੱਕ ਮਾੜਾ ਹੁੰਦਾ, ਉਹ ਜੋ ਕਰਦੇ ਕਰੀ ਜਾਣ। ਮੋਰਚੇ ਆ ਸੰਗਤ ਨੇ ਲਾਏ ਆ, ਮੋਰਚੇ ਤਾਂ ਲੱਗਦੇ ਆ ਕੌਮਾਂ ਗੁਲਾਮ ਨੇ, ਇੱਥੇ ਇਨਸਾਫ ਨਹੀਂ ਮਿਲਦਾ, ਇੱਥੇ ਕਾਨੂੰਨ ਦੀ ਅਵਸਥਾ ਆਪਾਂ ਨੂੰ ਨਹੀਂ ਵੀ ਜਿਹੜੀ ਸਿੱਖਾਂ ਨੂੰ ਕੋਈ ਇਨਸਾਫ ਦੇ ਦੇਵੇ, ਠੀਕ ਹੈ ਜੀ। ਅਤੇ ਹੁਣ ਬੇਨਤੀ ਇਹੀ ਹੈ ਵੀ ਜਿਹੜੇ ਆਪਣੇ ਬਾਹਰ ਵੀ ਨੌਜਵਾਨ ਨੇ ਜਾਂ ਪੰਜਾਬ ਦੇ ਵਿੱਚ ਵੀ ਨੇ, ਉਹ ਸਿਰਫ ਨਾ ਆਪਣਾ ਇਕੱਲਾ ਪੈਸਿਆਂ ਦੇ ਉੱਤੇ ਧਿਆਨ ਨਾ ਰੱਖਣ, ਆਪਣਾ ਮਾੜਾ ਜਿਹਾ ਪੰਜਾਬ ਦੀ ਧਰਤੀ ਵੱਲ ਵੀ ਦੇਖਣ। ਹੁਣ ਤਾਂ ਮਾਵਾਂ ਨਾ ਪੁੱਤ ਪਰੇ ਨੂੰ ਮੂੰਹ ਕਰਕੇ ਜੰਮਣ ਲੱਗ ਗਈਆਂ ਅਮਰੀਕਾ ਕੈਨੇਡਾ ਨੂੰ ਵੀ ਜੰਮਣਾ ਆ, 17-18 ਸਾਲ ਦਾ ਹੋ ਕੇ ਕੱਢ ਦੇਣਾ। ਜਿੱਦਣ ਉੱਥੋਂ ਧੱਕੇ ਪੈ ਗਏ ਜਿਵੇਂ ਪਾਕਿਸਤਾਨ ਬਣਿਆ ਨਾ, ਪੰਜਾਬ ਦੇ ਵਿੱਚੋਂ ਲਕੀਰ ਖਿੱਚ ਕੇ ਕਿਵੇਂ ਤੋਰੀਆਂ ਵਾਂਗੂ ਚੱਕ ਚੱਕ ਆਪਣੇ ਬਜ਼ੁਰਗ ਆਏ ਆ, ਜਿੱਦਣ ਕਿਤੇ ਇਹ ਸਿਸਟਮ ਉੱਥੇ ਹੋਇਆ ਚੱਕ ਚੱਕ ਕੇ ਜਹਾਜ਼ਾਂ ਦੇ ਲੱਦ ਲੱਦ ਕੇ ਇੱਥੇ ਭੇਜਣੇ ਆ, ਔਰ ਢੋਈ ਇਹਨਾਂ ਨੂੰ ਇੱਥੇ ਵੀ ਨਹੀਂ ਮਿਲਣੀ, ਇੱਥੇ ਵੀ ਇਹਨਾਂ ਦੀ ਗੁਰਦੁਆਰਿਆਂ ਨੂੰ ਹੀ ਮੰਦਰ ਬਣਾਉਣ ਦੀ ਤਿਆਰੀ ਹੈ। ਇਹ ਜੇ ਜਾਗ ਜਾਣਗੇ ਤਾਂ ਠੀਕ ਹੈ। ਜਿਹੜੀ ਤੁਸੀਂ ਗੱਲ ਕੀਤੀ ਮੌਤ ਦੀ, ਬਾਈ ਇਹਨਾਂ ਲੋਕਾਂ 'ਚ ਗੁਲਾਮੀ ਸਹਿਣ ਨਾਲ ਦਾ ਬੰਦਾ ਮਰਨਾ ਮਨਜ਼ੂਰ ਆ।